ਮਾਨਯੋਗ ਬਾਬਾ ਅਮੀਰ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਸਟੇਜ ਉੱਤੇ ਸੁਸ਼ੋਭਿਤ ਵਿਦਵਾਨਾਂ ਦਾ ਮੰਡਲ ਅਤੇ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਸਮਾਂ 10 ਮਿੰਟ ਤੋਂ ਵੱਧ ਨਹੀਂ ਲਵਾਵਾਂਗਾ ਇੱਕ ਤਾਂ ਵਾਦਾ ਇਹ ਦੂਸਰਾ ਮੈਨੂੰ ਆਪਣੀ ਹਸੀयत ਬਾਰੇ ਗਲਤਫਹਿਮੀ ਨਹੀਂ ਹੋਈ ਮੈਨੂੰ ਫਲਸਫੇ ਦੀਆਂ ਡੂੰਘੀਆਂ ਗੱਲਾਂ ਨਹੀਂ ਆਉਂਦੀਆਂ ਇਸ ਕਰਕੇ ਮੈਂ ਤੁਹਾਨੂੰ ਥਕਾਵਾਂਗਾ ਨਹੀਂ ਸਿੱਧੀਆਂ ਸਾਧੀਆਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਦਿਲ ਦੀਆਂ ਤੇ ਮੈਨੂੰ ਲੱਗਦਾ ਵੀ ਤੁਸੀਂ ਉਹ ਮਨਜ਼ੂਰ ਕਰੋਗੇ ਬਡੇਰਿਆਂ ਦੀਆਂ ਕੁਝ ਗੱਲਾਂ ਤੇ ਕੁਝ ਕਟਨਾਵਾ ਅੱਜ ਬਹੁਤ ਸਾਰੀਆਂ ਗੱਲਾਂ ਹੋਈਆਂ ਸੇਵਾ ਦੇ ਪੱਖਾਂ ਤੇ ਪਹਿਲੋਂ ਤਾਂ ਸੇਵਾ ਕੀ ਹੁੰਦੀ ਹੈ ਇਹਦੇ ਸਬੰਧੀ ਆਪਾਂ ਜੇ ਇੱਕ ਸੈਂਟੈਂਸ ਚ ਆਖਣਾ ਹੋਵੇ ਪਰਿਭਾਸ਼ਾ ਦੇਣੀ ਹੋਵੇ ਉਹ ਵਸਤੂ ਜਿਹਦੇ ਉੱਪਰ ਮੇਰਾ ਹੱਕ ਹੈ ਪਰ ਉਹਦਾ ਇੱਕ ਹਿੱਸਾ ਮੈਂ ਲੋੜਵੰਦ ਨੂੰ ਦੇ ਦਿਆਂ ਉਹਨੂੰ ਸੇਵਾ ਆਖਿਆ ਜਾਂਦਾ ਹੈ ਇਹ ਕਿਸੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ ਬਹੁਤ ਘੱਟ ਗੱਲਾਂ ਹੋਈਆਂ ਨੇ ਬੋਲਾਂ ਦੀ ਸੇਵਾ ਉਹਦੇ ਸੰਬੰਧੀ ਮੈਂ ਤੁਹਾਨੂੰ ਦੋ ਸਾਖੀਆਂ ਸੁਣਾਉਣੀਆਂ ਨੇ ਦੋਵੇਂ ਸਾਖੀਆਂ ਬੁੱਧ ਧਰਮ ਚੋਂ ਨੇ ਇੱਕ ਵਿਦਵਾਨ ਹੋਇਆ ਮਹਾਸੇਨ ਨਾ ਮਲਿੰਦ ਪ੍ਰਸ਼ਨ ਨਾਮ ਦਾ ਗ੍ਰੰਥ ਪਹਿਲੀ ਸਦੀ ਸੀ ਵਿੱਚ ਰਚਿਆ ਗਿਆ ਸੀ 2000 ਸਾਲ ਪਹਿਲਾਂ ਸਿਆਲਕੋਟ ਚ ਤੇ ਮੈਂ ਜਦੋਂ ਐਮਏ ਚ ਇਹ ਗ੍ਰੰਥ ਪੜ੍ਹਿਆ ਮੇਰੇ ਮਨ ਚ ਸੁਪਨਾ ਸੀ ਕਿ ਸੱਚੇ ਪਾਤਸ਼ਾਹ ਜਦੋਂ ਕਦੀ ਮੈਨੂੰ ਤਾਕਤ ਮਿਲੀ ਮੈਂ ਇਸ ਗ੍ਰੰਥ ਨੂੰ ਗੁਰਮੁਖੀ ਅੱਖਰਾਂ ਚ ਪੰਜਾਬੀ ਜ਼ੁਬਾਨ ਚ ਕਰਾਂਗਾ ਉਹ ਕਰ ਦਿੱਤਾ ਤੇ ਪੰਜਾਬੀ ਯੂਨੀਵਰਸਿਟੀ ਨੇ ਛਾਪ ਦਿੱਤਾ ਉਹਦਾ ਨਾਮ ਹੈ ਮਲਿੰਦ ਪ੍ਰਸ਼ਨ ਮਲਿੰਦ ਬਾਦਸ਼ਾਹ ਦਾ ਨਾਮ ਸੀ ਤੇ 나ਗਸੈਨ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ ਸਵਾਲਾਂ ਤੇ ਜਵਾਬਾਂ ਦਾ ਗ੍ਰੰਥ ਹੈ ਇਦੇ ਵਿੱਚ ਇੱਕ ਪਾਤਰ ਹੈ ਮਹਾਸੈਨ ਮਹਾਸੈਨ ਹੱਥ 'ਚ ਭਿਖਿਆ ਪਾਤਰ ਫੜ ਕੇ ਨਗਰ 'ਚ ਭੀਖ ਮੰਗਣ ਜਾਂਦਾ ਹਰੇਕ ਘਰ 'ਚ ਇੱਕ ਬ੍ਰਾਹਮਣ ਦਾ ਘਰ ਹੈ ਬ੍ਰਾਹਮਣ ਦੇ ਘਰ ਅੱਗੇ ਜਦੋਂ ਆ ਕੇ ਭੀਖ ਮੰਗਦਾ ਹੈ ਤਾਂ ਬ੍ਰਾਹਮਣ ਉਹਨੂੰ ਫਟਕਾਰ ਪਾਉਂਦਾ ਹੈ ਵੇਲੜ ਨਿਕੰਮੇ ਸਵਾਰਥੀ ਮੰਗਤੇ ਕੰਮ ਨਹੀਂ ਕਰਦੇ ਤੁਸੀਂ ਬੋਝ ਹੋ ਤੁਸੀਂ ਦਫਾ ਹੋ ਇੱਥੋਂ ਕਦੀ ਦਾਨ ਨਹੀਂ ਮਿਲਦਾ ਲੇਕਿਨ ਭਿਖੂ ਨੇਮ ਅਨੁਸਾਰ ਉਸ ਘਰ ਦੇ ਅੱਗੇ ਭਿਖਿਆ ਪਾਤਰ ਫੈਲਾਉਂਦਾ ਇੱਕ ਦਿਨ ਬ੍ਰਾਹਮਣ ਘਰ ਨਹੀਂ ਉਹਦੀ ਔਰਤ ਘਰ ਹੈ ਦਾਨ ਦੇਉ ਯਜਮਾਨ ਬ੍ਰਾਹਮਣੀ ਆਈ ਕਹਿੰਦੀ ਅਗਲੇ ਘਰੋਂ ਭੀਖ ਮੰਗ ਲਓ ਪੰਤੇ ਪੰਤਾ ਸ਼ਬਦ ਜਿਹੜਾ ਇਹ ਬੜਾ ਪਵਿੱਤਰ ਸ਼ਬਦ ਹੈ ਬੁੱਧ ਧਰਮ ਦਾ ਇਹਦੇ ਮੈਨੇ ਹੁੰਦਾ ਭਰਾ ਭਰਾ ਅਗਲੇ ਘਰੋਂ ਭੀਖ ਮੰਗ ਲੈ ਅਗਲੇ ਘਰ ਚਲਾ ਗਿਆ ਰਸਤੇ 'ਚ ਬ੍ਰਾਹਮਣ ਮਿਲਿਆ ब्राह्मण ਕਹਿੰਦਾ ਭਿੱਖੂ ਅੱਜ ਵੀ ਗਿਆ ਸੀ ਸਾਡੇ ਘਰ ਭੀਖ ਮੰਗਣ ਹਾਂ ਜਜਮਾਨ ਗਿਆ ਸੀ ਫੇਰ ਮਿਲਿਆ ਕੁਛ ਹਾਂ ਮਿਲਿਆ ਦਾਨ ਮਿਲਿਆ ਅੱਛਾ ਹੁਣੇ ਖਬਰ ਲੈਣਾ ਮੈਂ ਆਪਣੀ ਔਰਤ ਦੀ ਆ ਕੇ ਆਪਣੀ ਔਰਤ ਨੂੰ ਔਰਤ ਦੀ ਜਵਾਬਤਾਲੀ ਵੀ ਕੀਤੀ ਕਿ ਤੈਨੂੰ ਪਤਾ ਏ ਇਸ ਗੱਲ ਦਾ ਕਿ ਮੈਂ ਦਾਨ ਨਹੀਂ ਦਿੰਦਾ ਇਹ ਨਾ ਭਿੱਖੂਆਂ ਨੂੰ ਵੇਲੜਾਂ ਨੂੰ ਤੂੰ ਦਾਨ ਦਿੱਤਾ ਉਹ ਕਹਿੰਦੀ ਬਿਲਕੁਲ ਦਾਨ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਉਹ ਕਹਿੰਦਾ ਅੱਛਾ ਇਹਦਾ ਮਤਲਬ ਇਹ ਫਰੇਬੀ ਝੂਠ ਵੀ ਬੋਲਦੇ ਨੇ ਕੱਲ ਨੂੰ ਆਏਗਾ ਮੈਂ ਇੱਥੇ ਰਹਾਂਗਾ ਤੇ ਇਹਨੂੰ ਜ਼ਲੀਲ ਕਰਾਂਗਾ ਮਹਾਸੈਨ ਆਇਆ ਦਾਨ ਦਿਓ ਯਜਮਾਨ ਬ੍ਰਾਹਮਣ ਕਹਿੰਦਾ ਉਹ ਭਿਖੂ ਭਿਖੂ ਮੈਨੇ ਮੰਗਤਾ ਉਹ ਭਿਖੂ ਤੂੰ ਝੂਠ ਬੋਲਿਆ ਸੀ ਕੇ ਇਥੋਂ ਤੈਨੂੰ ਦਾਨ ਮਿਲਿਆ ਸੀ ਨਹੀਂ ਯਜਮਾਨ ਝੂਠ ਨਹੀਂ ਬੋਲਿਆ ਸੀ ਦਾਨ ਮਿਲਿਆ ਸੀ ਕੀ ਮਿਲਿਆ ਸੀ ਇੱਕ ਮਿੱਠਾ ਬੋਲ ਤੁਹਾਡੀ ਔਰਤ ਨੇ ਭੰਤੇ ਕਿਹਾ ਸੀ ਮੈਨੂੰ ਧਨ ਤੇ ਅੰਨ ਇਹ ਖਤਮ ਹੋ ਜਾਂਦੇ ਨੇ ਬੜੀ ਛੇਤੀ ਤੁਹਾਡੀ ਔਰਤ ਦਾ ਮੇਰੀ ਜਜਮਾਨਣੀ ਦਾ ਮਿੱਠਾ ਬੋਲ ਮੈਂ ਮਰਨ ਤੱਕ ਯਾਦ ਰੱਖਾਂਗਾ। ਬ੍ਰਾਹਮਣ ਕਹਿਣ ਲੱਗਾ ਉਹ ਕਿਸ ਮਿੱਟੀ ਦੇ ਬਣੇ ਹੋਏ ਨੇ ਭਿੱਖੂ ਇਹ। ਮੈਂ ਇੰਨੇ ਹੱਥਾ ਕੀਤੀ ਕੋਈ ਖਿਆਲ ਨਹੀਂ। ਇੱਕ ਮਿੱਠਾ ਬੋਲ ਇਸ ਘਰ ਚੋਂ ਮਿਲਿਆ ਭੁੱਲਦਾ ਨਹੀਂ। ਉਹਦੇ ਚਰਨ ਚੂਹੇ ਤੇ ਕਿਹਾ ਪੰਤੇ ਮੇਰਾ ਇੱਕ ਬੇਟਾ ਹੈ। ਜੇ ਉਹ ਤੇਰੇ ਵਰਗਾ ਹੋ ਜਾਏ ਤਾਂ ਮੈਂ ਸੰਸਾਰ ਚ ਉਤਰ ਜਾਵਾਂ। ਮੇਰੇ ਬੱਚੇ ਇਹਨੂੰ ਵਿੱਦਿਆ ਦੇਣਗੇ। ਹਾਂ ਜਜਮਾਨ। ਮੈਂ ਤੁਹਾਡੇ ਬੱਚੇ ਨੂੰ ਵਿੱਦਿਆ ਦਿਆਂਗਾ ਉਹਦੇ ਬੱਚੇ ਦਾ ਨਾਮ ਅਸੀਂ नागसेन नागसेन ਦਾ ਇਹ ਗ੍ਰੰਥ ਹੈ ਮﻠਿੰਦਪ੍ਰਸ਼ਨ ਮﻠਿੰਦਪ੍ਰਸ਼ਨ ਦੇ ਵਿੱਚੋਂ ਇੱਕ ਸਵਾਲ ਤੇ ਇੱਕ ਜਵਾਬ ਬਾਦਸ਼ਾਹ ਮਿਨਾਂਂਡਰ ਪੁੱਛਦਾ ਹੈ ਗਿਆਨ ਅਤੇ ਵਿੱਦਿਆ ਵਿੱਚ ਕੋਈ ਫਰਕ ਹੈ ਪੂਜਨੀਕ नागसेन ਕਿ ਇੱਕੋ ਹੀ ਗੱਲ ਹੈ ਇੱਕੋ ਹੀ ਚੀਜ਼ ਦੇ ਦੋ ਨਾਮ ਹਨ ਫਰਕ ਹੈ ਮਹਾਰਾਜ ਬਹੁਤ ਫਰਕ ਹੈ ਕੀ ਫਰਕ ਹੈ ਭੰਤੇ ਮਹਾਰਾਜ ਅੱਖ ਨਮਕ ਨੂੰ ਦੇਖ ਸਕਦੀ ਹੈ ਨਮਕ ਦਾ ਸਵਾਦ ਨਹੀਂ ਚਖ ਸਕਦੀ ਨਮਕ ਦਾ ਸਵਾਦ ਜੀਭ ਚਖੇਗੀ ਮਹਾਰਾਜ ਅਸੀਂ ਆਖਦੇ ਨੇ ਆ ਕਿ ਬਲਦ 10 ਮਾਣ ਲੂਣ ਖਿੱਚੀ ਜਾ ਰਹੇ ਨੇ ਗੱਡੇ 'ਚ ਇਹ ਵਾਕ درست ਨਹੀਂ ਹੈ ਮਹਾਰਾਜ ਬਲਦਾਂ ਨੂੰ ਕੁਝ ਨਹੀਂ ਪਤਾ ਹੈ ਕਿ ਗੱਡੇ 'ਚ ਕੀ ਲੱਦਿਆ ਹੋਇਆ ਹੈ ਉਹ 20 ਮਾਣ 10 ਮਾਣ ਭਾਰ ਢੋ ਰਹੇ ਨੇ ਇੱਕ ਵਾਕ ਜਿਹੜਾ ਤੁਹਾਡਾ ਜੀਵਨ ਬਦਲ ਦੇ ਉਹ ਗਿਆਨ ਹੁੰਦਾ ਹੈ ਵਿਦਵਾਨ ਵਿਦਿਆ ਦਾ ਭਾਰਟ ਹੋ ਰਹੇ ਹਨ ਮਹਾਰਾਜ ਦੂਸਰੀ ਸਾਖੀ ਸੁਣਾਉਂਗਾ ਤੁਹਾਨੂੰ ਬੋਲਾਂ ਦੀ ਬੋਲਾ ਰਾਹੀਂ ਸੇਵਾ ਉਪਗੁਪਤ ਦੀ ਸਾਖੀ ਹੈ ਉਪਗੁਪਤ ਭਿਖੂ ਸੀ ਦਿਨ ਚ ਦਿਨਚ ਰਹਿ ਆ ਕੀਤੀ ਧਰਮ ਪ੍ਰਚਾਰ ਕੀਤਾ ਰਾਤ ਪਈ ਮੈਟ ਵਿਛਾਈ ਜ਼ਮੀਨ ਤੇ ਲੇਟ ਗਿਆ ਰੂਪਵੰਤੀ ਨੱਚਣ ਵਾਲੀ ਗਾਉਣ ਵਾਲੀ ਕੁੜੀ ਆਪਣੇ ਕਿਸੇ ਗਾਹਕ ਦੀ ਹਵੇਲੀ 'ਚ ਜਾ ਰਹੀ ਸੀ ਉੱਥੇ ਪ੍ਰੋਗਰਾਮ ਕਰਨ ਹਨੇਰਾ ਹੋਣ ਕਰਕੇ ਉਹਨੂੰ ਭਿਖੂ ਦਿਸਿਆ ਨਹੀਂ ਠੋਕਰ ਵੱਜੀ ਭਿਖੂ ਉੱਠ ਬੈਠਾ ਮਾਫ ਕਰਨਾ ਮਾਫ ਕਰਨਾ ਭਿਖੂ ਮੇਰਾ ਨਾਮ ਰੂਪਵੰਤੀ ਏ ਮੈਨੂੰ ਦਿਸਿਆ ਨਹੀਂ ਤਾਂ ਠੋਕਰ ਵੱਜੀ ਕੋਈ ਗੱਲ ਨਹੀਂ ਜਾਓ ਫਿਰ ਕਹਿੰਦੀ ਭਿਖੂ ਤੁਹਾਡੀ ਜ਼ਿੰਦਗੀ ਕਿੰਨੀ ਸਖਤ ਹੈ ਕਿੰਨੇ ਮੁਸ਼ਕਿਲ ਹਾ ਰੂਪਵੰਤੀ ਮੁਸ਼ਕਿਲਤਾ ਹੈ ਭਿਖੂ ਕਦੀ ਮੇਰੀ ਹਵੇਲੀ ਚ ਆਈ ਫਿਰ ਮੈਂ ਤੈਨੂੰ ਦੱਸਾਂਗੀ ਸੁਖ ਤੇ ਆਰਾਮ ਕੀ ਹੁੰਦੇ ਨੇ ਉਪਗੁਪਤ ਨੇ ਕਿਹਾ ਹਾਂ ਰੂਪਵੰਤੀ ਆਵਾਂਗਾ ਤੇਰੀ ਹਵੇਲੀ ਚ ਹੱਸ ਕੇ ਕਹਿੰਦੀ ਨਹੀਂ ਆਏਂਗਾ ਗੌਤਮ ਸਿਧਾਰਥ ਨਰਾਜ਼ ਹੋਣਗੇ ਨਾ ਤੇਰੇ ਨਾਲ ਫਿਰ ਨਹੀਂ ਆਏਂਗਾ ਨਹੀਂ ਰੂਪਵੰਤੇ ਆਵਾਂਗਾ ਤੇਰੀ ਹਵੇਲੀ ਚ ਤੇਰੇ ਟਿਕਾਣੇ ਤੇ ਪੁੱਜਾਂਗਾ ਵਾਦਾ ਰਿਹਾ ਤਖੂ ਵਾਦਾ ਰਿਹਾ ਚਲੀ ਗਈ ਭਿਖੂ ਸਵੇਰ ਸਾਰ ਕਿਤੇ ਆਪਣੇ ਰਸਤੇ ਪਿਆ ਇਸ ਗੱਲ ਨੂੰ ਦਹਾਕਾ ਬੀਤ ਗਿਆ ਕਿਤੇ ਇਸੇ ਨਗਰੀ ਚ ਉਪਗੁਪਤ ਦਾ ਫੇਰ ਚੱਕਰ ਲੱਗਿਆ ਉਹ ਸ਼ਮਸ਼ਾਨ ਘਾਟ ਦੇ ਲਾਗਿਆਂ ਦੀ ਲੰਗਰੇਆ ਸੀ ਕਿਸੇ ਔਰਤ ਦੇ ਕਰਾਉਣ ਦੀ ਆਵਾਜ਼ ਸੁਣੀ ਦਰਦ ਨਾਲ ਕਰਾਹ ਰਹੀ ਸੀ ਨਜ਼ਦੀਕ ਗਿਆ ਪੁੱਛਣ ਲਈ ਰੂਪਵੰਤੀ ਤੂੰ ਇੱਥੇ ਕਿਵੇਂ ਉਹ ਕਹਿੰਦੀ ਦਇਆ ਨਿਧਾਨ ਕਰुणा ਨਿਧਾਨ ਤੁਸੀਂ ਇੱਥੇ ਕਿਵੇਂ ਉਪਗੁਪਤ ਕਹਿੰਦਾ ਕੀ ਹੋਇਆ ਤੈਨੂੰ ਕਹਿੰਦੇ ਮੈਨੂੰ ਉਹ ਰੋਗ ਲੱਗ ਗਿਆ ਜਿਹਦਾ ਇਲਾਜ ਨਹੀਂ ਮੈਨੂੰ ਮੇਰੇ ਇਲਾਕੇ ਦੇ ਲੋਕ ਇੱਥੇ ਸੁੱਟ ਗਏ ਸ਼ਮਸ਼ਾਨ ਘਾਟ 'ਚ ਸਵੇਰੇ ਜਾਂ ਸ਼ਾਮ ਕੋਈ ਕਰੋਟੀ ਸੁੱਟ ਜਾਂਦੇ ਤਾਂ ਖਾ ਲੈਣੀ ਆ ਨਹੀਂ ਮੈਂ ਪਈ ਰਹਣੀ ਆ ਇੱਥੇ ਬਹੁਤ ਦਰਦ ਹੁੰਦੇ ਪੰਤੇ ਉਪਗੁਪਤ ਨੇ ਕਿਹਾ ਰੂਪਵੰਤੀ ਵਾਦਾ ਕੀਤਾ ਸੀ ਨਾ ਤੇਰੇ ਨਾਲ ਆਵਾਂਗਾ ਤੇਰੇ ਟਿਕਾਣੇ ਤੇ ਮੇਰੇ ਕੋਲ ਜੜੀਆਂ ਬੂਟੀਆਂ ਦੀਆਂ ਔਸ਼ਦੀਆਂ ਵੀ ਹਨ ਉਹਨਾਂ ਨਾਲ ਤੇਰਾ ਇਲਾਜ ਕਰਾਂਗਾ ਮੇਰੇ ਕੋਲ ਬੋਧ ਮੰਤਰ ਵੀ ਨੇ ਪਾਠ ਕਰਾਂਗਾ ਵਾਦਾ ਹੈ ਜਦੋਂ ਤੱਕ ਤੂੰ ਕਸ਼ਟਾਂ ਚੋਂ ਮੁਕਤ ਨਹੀਂ ਹੁੰਦੀ ਉਦੋਂ ਤੱਕ ਮੈਂ ਇੱਥੇ ਰਹਾਂਗਾ ਤੂੰ ਦੱਸ ਹੁਣ ਕਿ ਤਥਾਗਤ ਗੌਤਮ ਸਿਧਾਰਥ ਨਰਾਜ਼ ਹੋਣਗੇ ਮੇਰੇ ਨਾਲ ਇਹ ਨਾ ਮਿੱਠੇ ਬੋਲ ਤੁਸੀਂ ਇਹ ਦੇਖੋ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਉਮਰ ਲੋਕਾਂ ਨੂੰ ਕੀ ਦਿੱਤਾ ਆਪਾਂ ਹੁਣੇ ਜ਼ਿਕਰ ਹੋ ਕੇ ਹਟਿਆ ਦੁਨੀਆ ਨੂੰ ਏਸ਼ੀਆ ਨੂੰ ਮਿਲੇ ਮਿੱਠੇ ਬੋਲ ਦਿੱਤੇ ਸਿਰ ਬਾਣੀ ਦਿੱਤੀ ਤਰਵਾਸ ਦਿੱਤਾ ਉਹਨਾਂ ਕੋਲ ਜੋ ਦੇਣ ਲਈ ਸੀ ਇਹੀ ਸੀ ਏਸ਼ੀਆ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਸਾਨੂੰ ਸਾਡਾ ਪਿਤਾ ਮਿਲ ਗਿਆ ਅਸੀਂ ਬਦਲ ਸਭ ਅਸੀਂ ਬਦਲ ਜਾਵਾਂਗੇ ਨਬੀ حضرت ਮੁਹੰਮਦ ਸਾਹਿਬ ਦਾ ਇੱਕ ਵਾਕ ਮੈਨੂੰ ਬੇਅੰਤ ਪਿਆਰਾ ਲੱਗਦਾ ਮੂਮਿਨੋ ਤੁਹਾਨੂੰ ਤੁਹਾਡਾ ਖਾਣਾ ਹਰਾਮ ਜੇ ਤੁਹਾਡਾ ਗਵਾਂਢੀ ਭੁੱਖਾ ਸੌਂ ਗਿਆ ਹੈ ਗਵਾਂਢੀ ਮੁਸਲਮਾਨ ਹੋਵੇ ਇਹ ਨਹੀਂ ਹੈ ਤੁਹਾਡਾ ਗਵਾਂਢੀ ਕੋਈ ਵੀ ਹੋਏ ਲੇਕਿਨ ਗਵਾਂਢੀ ਤੁਹਾਡਾ ਭੁੱਖਾ ਸੌਂ ਗਿਆ ਤੇ ਤੁਸੀਂ ਰੋਟੀ ਖਾ ਲਈ ਤੁਹਾਨੂੰ ਤੁਹਾਡਾ ਖਾਣਾ ਹਰਾਮ ਜਨਮ ਸਾਖੀ ਦੇ ਵਿੱਚ ਇੱਕ ਮਿੱਠਾ ਵਾਕ ਸਾਖੀਕਾਰ ਲਿਖਦਾ ਤੁਸੀਂ ਦੇਖੋ ਕਿ ਦੋ ਵਡੇਰਿਆਂ ਦੀ ਮੁਹੱਬਤ ਦਾ ਨਜ਼ਾਰਾ ਇੰਨੇ ਸਾਦੇ ਵਾਕਾਂ ਚ ਕੋਈ ਪ੍ਰਗਟ ਨਹੀਂ ਕਰ ਸਕਦਾ ਹਜ਼ਾਰ ਪੰਨੇ ਨਹੀਂ ਪ੍ਰਗਟ ਕਰ ਸਕਣਗੇ ਜਿਹੜੇ ਆ ਦੋ ਤਿੰਨ ਵਾਕਾਂ ਚ ਤੁਹਾਡੇ ਅੱਗੇ ਮੈਂ ਰੱਖਾਂਗਾ ਤੁਹਾਨੂੰ ਲੱਗਣਗੇ ਕਿ ਹਾਂ ਕੁਝ ਜਾਨ ਹੈ ਸਾਖੀਕਾਰ ਲਿਖਦਾ ਜਦੋਂ ਬਾਬਾ ਬੰਦਗੀ ਕਰਨ ਲੱਗਦਾ ਤਾਂ ਭਾਈ ਮਰਦਾਨਾ ਪੰਜ ਕਰਮ ਦੂਰ ਖਲੋਕੇ ਸਖਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਉਹਨਾਂ ਦੀ ਬੰਦਗੀ ਵਿੱਚ ਵਿਗੜ ਨਾ ਪਾਏ ਅਰ ਜਦੋਂ ਬਾਬਾ ਗਾਉਣ ਲੱਗਦਾ ਤਾਂ ਉਠਾ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਾਂਦਾ ਕੋਈ 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 ਤਾਕਤ ਨਾ ਇਹ ਨਾ ਬੋਲਾਂ ਚ ਇਹੀ ਤਾਕਤ ਅਖੀਰਲੀ ਜਿਹੜੀ ਸਾਖੀ ਹੈ ਸਾਖੀ ਮਤਲਬ ਭਾਈ ਮਰਦਾਨਾ ਜੀ ਦੀ ਲਾਈਫ ਦੀ ਅਫਗਾਨਿਸਤਾਨ ਦੇ ਵਿੱਚ ਦੀ ਵਗਦਾ ਕੁਰ ਰਮਦਰਿਆ ਭਾਈ ਮਰਦਾਨਾ ਜੀ ਤੇ ਬਾਬਾ ਜੀ ਤੁਰੇ ਜਾ ਰਹੇ ਨੇ ਭਾਈ ਮਰਦਾਨਾ ਜੀ ਕਹਿੰਦੇ ਥਕਾਨ ਹੋ ਗਈ ਬਾਬਾ ਆਰਾਮ ਕਰ ਲਈਏ ਚਲੋ ਉਸ ਦਰਖਤ ਹੇਠਾਂ ਆਰਾਮ ਕਰਦੇ ਹਾਂ ਬੈਠ ਗਏ ਭਾਈ ਮਰਦਾਨਾ ਜੀ ਲੇਟ ਗਏ ਬਾਬਾ ਜੀ ਨਜ਼ਦੀਕ ਗਏ ਮੱਥੇ ਤੇ ਹੱਥ ਰੱਖਿਆ ਤਾਂ ਦੇਖਿਆ ਕਿ ਤੇਜ਼ ਬੁਖਾਰ ਸੀ ਹੋਰ ਨਜ਼ਦੀਕ ਗਏ ਭਾਈ ਮਰਦਾਨਾ ਜੀ ਦਾ ਸੀਸ ਆਪਣੀ ਗੋਦ ਚ ਰੱਖ ਲਿਆ ਤੇ ਕਿਹਾ ਭਾਈ ਜੀ ਤੁਸੀਂ ਤਾਂ ਹੁਣ ਅਸਾਂ ਤੋਂ ਵਿਛੜਨ ਲੱਗੇ ਹੋ ਕੀ ਦਈਏ ਤੁਸਾਨੂੰ ਭਾਈ ਮਰਦਾਨਾ ਨੇ ਕਹਿਆ ਜੀ ਕਿਸਮਤ ਭਲੀ ਹੈ ਜੋ ਤੁਸਾਂ ਦੀ ਗੋਦ ਵਿੱਚ ਵਿਛੜਨ ਲੱਗਾ ਹਾਂ ਬਾਬੇ ਕਹਿਆ ਮਸਜਿਦ ਉਸਾਰ ਦੇਈਏ ਤੁਹਾਡੀ ਯਾਦਗਾਰ ਵਿੱਚ ਭਾਈ ਮਰਦਾਨਾ ਖਾਮੋਸ਼ ਰਹੇ ਫਿਰ ਬਚਨ ਕੀਤੇ ਭਾਈ ਤੁਸੀਂ ਤਾਂ ਉਮਰ ਅਸਾਂ ਦੀ ਸੇਵਾ ਕੀਤੀ ਧਰਮਸਾਲ ਅਨੁਸਾਰ ਦਈਏ ਭਾਈ ਮਰਦਾਨੇ ਕਹਿਆ ਬਾਬਾ ਮੈਂ ਤੁਸਾਂ ਨੂੰ ਜਾਣਦਾ ਹਾਂ ਹੱਡ ਮਾਸ ਦੀ ਇਸ ਕੈਦ ਵਿੱਚੋਂ ਆਪਣੇ ਹੱਥੀ ਮੁਕਤ ਕਰਕੇ ਤੁਸੀਂ ਇੱਟਾਂ ਚੂਨੇ ਅਤੇ ਗਾਰੇ ਵਿੱਚ ਮੈਨੂੰ ਕੈਦ ਨਹੀਂ ਕਰੋਗੇ ਬਾਬੇ ਕਹਿਆ ਤਾਂ ਵੀ ਫੈਸਲਾ ਹੈ ਅਸਾਂ ਦਾ ਤੁਸਾਂ ਨੂੰ ਖਾਲੀ ਹੱਥ ਨਹੀਂ ਜਾਣ ਦੇਾਂਗੇ ਇਸ ਧਰਤੀ ਉੱਪਰਲੀ ਕੋਈ ਵਸਤੂ ਜਾਂ ਇਸ ਧਰਤੀ ਤੋਂ ਬਾਹਰ ਦੀ ਕੋਈ ਵਸਤੂ ਮੰਗੋ ਦਿਆਂਗੇ ਭਾਈ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤਨੀਆ ਮੈਂ ਤੇਰਾ ਕੀਰਤਨੀਆ ਬਾਬਾ ਤੈਨੂੰ ਖੁਦਾਏ ਦੇਖਿਆ ਤੈਨੂੰ ਖੁਦਾਏ ਪਾਇਆ ਔਰ ਤੇਰਾ ਕਹਿਆ ਖੁਦਾਈ ਮੰਦੀ ਹੈ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਔਰ ਮੇਰਾ ਕਹਿਆ ਤੂੰ ਮੰਨਦਾ ਹੈ ਤੁਧ ਆਗੇ ਮੇਰੀ ਬੇਨਤੀ ਹੈ ਅੱਜ ਇੱਕ ਆਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲ ਹੋ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜਿੱਥੇ ਤੇਰਾ ਵਾਸਾ ਤਿੱਥੇ ਮੇਰਾ ਵਾਸਾ ਉਹਨਾਂ ਦਾ ਸੰਸਕਾਰ ਕਰਕੇ ਰਬਾਬ ਉਠਾ ਕੇ ਭਾਈ ਮਰਦਾਨਾ ਜੀ ਦੇ ਦੇਹਾਂਤ ਤੋਂ ਬਾਅਦ ਮਹਾਰਾਜ ਉਦਾਸੀਆਂ ਤੇ ਨਹੀਂ ਗਏ ਜਦੋਂ ਤੱਕ ਭਾਈ ਮਰਦਾਨਾ ਜੀ ਮੰਨੇ ਨਹੀਂ ਹਨ ਨਾਲ ਜਾਣ ਲਈ ਉਦੋਂ ਤੱਕ ਉਦਾਸੀਆਂ ਸ਼ੁਰੂ ਨਹੀਂ ਕੀਤੀਆਂ ਪਿੰਡ ਆ ਗਏ ਪਿੰਡ ਆਪਣੇ ਘਰ ਨਹੀਂ ਗਏ ਪਿੰਡ ਦੇ ਵਿਚਕਾਰ ਖੂਹ ਤੇ ਆ ਕੇ ਬੈਠ ਗਏ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਗਿਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਚਾਦਰਾਂ ਦਰੀਆਂ ਵਿਛਦੀਆਂ ਗਈਆਂ ਭਾਈ ਮਰਦਾਨਾ ਜੀ ਦੇ ਘਰ ਖਬਰ ਹੋਈ ਵੱਡੇ ਬੇਟੇ ਦਾ ਨਾਂ ਸੀ ਸ਼ਾਹਜ਼ਾਦ ਸ਼ਾਹਜ਼ਾਦ ਕਰੋਧਵਾਨ ਰਹਿੰਦਾ ਸੀ ਕਿ ਮੇਰਾ ਪਿਤਾ ਤਾਂ ਸੈਰਾਂ ਕਰਦਾ ਫਿਰਦਾ ਜਹਾਨ ਦੀਆਂ ਮੇਲੇ ਦੇਖਦਾ ਤੇ ਅਸੀਂ ਗਰੀਬ ਲੋਕਾਂ ਦੀ ਦੇੜੀਆਂ ਤੇ ਜਾ ਬੈਠਦੇ ਆਂ ਦਰਵਾਜ਼ਿਆਂ ਵੱਲ ਤੱਕਦੇ ਰਹਿੰਦੇ ਆਂ ਸਾਨੂੰ ਭੁੱਖਿਆਂ ਨੂੰ ਰੋਟੀ ਖਵਾਏ ਜੇ ਰਿਸਕ ਨਹੀਂ ਦੇਣਾ ਸੀ ਅਸਾਂ ਨੂੰ ਜੰਮਿਆ ਕਾਸ ਲਈ ਸੀ ਇਹ ਇਤਰਾਜ਼ ਸੀ ਭਾਈ ਸ਼ਹਾਜ਼ਾਦ ਨੂੰ ਭਾਈ ਸ਼ਹਾਜ਼ਾਦ ਨੇ ਸੋਚਿਆ ਕਿ ਪਿਤਾ ਜੀ ਆਗੇ ਬਾਬਾ ਜੀ ਆਗੇ ਚਲੋ ਮਿਲਦੇ ਆਂ ਮਹਾਰਾਜ ਇਕੱਲੇ ਬੈਠੇ ਸਨ ਆਲੇ ਦੁਆਲੇ ਸੰਗਤ ਸੀ ਨਾਲ ਦੇ ਨੂੰ ਪੁੱਛਿਆ ਅੱਬੂ ਕਿੱਥੇ ਹਾਈ ਕਿਸੇ ਨੂੰ ਪਤਾ ਨਹੀਂ ਸੀ ਮਹਾਰਾਜ ਦੇ ਨਜ਼ਦੀਕ ਗਏ ਦੂਜੀ ਵਾਰ ਪਹਿਲੀ ਵਾਰੀ ਚਰਨੀ ਹੱਥ ਲਾ ਕੇ ਬੈਠ ਗਏ ਸੀ ਫਿਰ ਪੁੱਛਿਆ ਬਾਬਾ ਜੀ ਅੱਬੂ ਕਿੱਥੇ ਹਾਈ ਅੱਬੂ ਕਿਵੇਂ ਹਾਈ ਬਾਬੇ ਕਹਿਆ ਸ਼ਹਜ਼ਾਦ ਪੁੱਤਰ ਤੁਸਾਂ ਦੇ ਅੱਬੂ ਨਿਜਕਰ ਚਲੇ ਗਏ ਹਨ ਜੋ ਨਿਜਕਰ ਚਲੇ ਜਾਂਦੇ ਹਨ ਤਿਨਾਂ ਦਾ ਸੋਗ ਨਹੀਂ ਕਰਨਾ ਤਿਨਾਂ ਦੇ ਨਾਂ ਦਾ ਸਰੂਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਤਲਵੰਡੀ ਆਇਆ ਹਾਂ ਦੱਸੋ ਕੀ ਮੰਗ ਹੈ ਦਿਲ ਦੀ ਕੀ ਇੱਛਾ ਹੈ ਪੂਰੀ ਕਰਾਂਗੇ ਭਾਈ ਸ਼ਹਜ਼ਾਦ ਕਹੇ ਆ ਜੀ ਬਾਬਾ ਜੀ ਤਲਵੰਡੀ ਪਿੰਡ ਤੁਸੀਂ ਰਹੇ ਹੀ ਨਹੀਂ ਸਾਰੇ ਜਹਾਨ ਨੂੰ ਤੁਸੀਂ ਵਿੱਦਿਆ ਦੇ ਦਿੱਤੀ ਅਸੀਂ ਅਣ ਪੜ ਰਹੇ ਅਸਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ ਤੋਂ ਮੰਗੀਦਾ ਕੀ ਹੈ ਬਾਬੇ ਕਹਿਆ ਨਾ ਭਾਈ ਨਾ ਤੁਸਾਂ ਦੇ ਅੱਬੂ ਨੂੰ ਵੀ ਅਸਾਂ ਖਾਲੀ ਨਹੀਂ ਜਾਣ ਦਿੱਤਾ ਸੀ ਜੋ ਮੰਗੋਗੇ ਧਰਤੀ ਉੱਪਰਲੀ ਕੋਈ ਵਸਤੂ ਜਾਂ ਧਰਤੀ ਤੋਂ ਬਾਹਰ ਦੀ ਕੋਈ ਵਸਤੂ ਸੋ ਤੋਂ ਸਾਨੂੰ ਦੇਾਂਗੇ ਭਾਈ ਸ਼ਹਾਜ਼ਾਦ ਨੇ ਮਹਾਰਾਜ ਦੇ ਚਰਨ ਹੀ ਹੱਥ ਲਾਏ ਅਤੇ ਕਿਹਾ ਬਾਬਾ ਜੇ ਮਿਹਰਬਾਨ ਹੋ ਤਾਂ ਫਿਰ ਉਹੋ ਦਿਓ ਜੋ ਅੱਬੂ ਨੂੰ ਦਿੱਤਾ ਸੀ ਮਹਾਰਾਜ ਨਰਬਾਬ ਹੱਥ ਚ ਫੜਾਈ ਬਾਣੀ ਕੀਰਤਨ ਸਾਖੀਕਾਰ ਲਿਖਦਾ ਹੈ ਭਾਈ ਮਰਦਾਨਾ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਵਸਨੀਕਾਂ ਨੇ ਕੀਰਤਨ ਦੇ ਦਰਿਆ ਵਿੱਚ देर तक देर तक ਤੀਰਥ ਇਸ਼ਨਾਨ ਕੀਤਾ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਪਿੰਡ ਦੇ ਨਿਵਾਸੀਆਂ ਨੇ देर तक ਕੀਰਤਨ ਦੇ ਦਰਿਆ ਵਿੱਚ ਤੀਰਥ ਇਸ਼ਨਾਨ ਕੀਤਾ ਸਾਖੀਕਾਰ ਇੰਨਾ ਖੁਸ਼ ਹੈ ਭਾਈ ਸ਼ਹਾਜ਼ਾਦ ਤੋਂ ਸਾਖੀ ਖਤਮ ਕਰਦਾ ਹੈ ਕਰਮ ਕਾ ਬਲੀ ਭਾਈ ਸ਼ਹਾਜ਼ਾਦ ਸਾਡਾ ਪਿਆਰਾ ਸ਼ਹਾਜ਼ਾਦਾ ਭਾਈ ਸ਼ਹਾਜ਼ਾਦ ਖਾਨ ਇੱਕ ਸਾਖੀ ਹੋਰ ਸੁਣਾ ਦੇ ਮੈਂ ਲੇਟੈਸਟ ਜਿਹੜੀ ਸੰਗਰੂਰ ਸੰਗਰੂਰ ਸਟੇਟ ਦੀ ਹੈ ਬਸ ਲਾਸਟ ਬੋਲਾਂ ਦੀ ਗੱਲ ਦੱਸਦਾ ਸੰਤ ਆਤਰ ਸਿੰਘ ਜੀ ਦੀ ਹੈ ਜਿਹੜੀ ਕਿ ਆਮ ਨਹੀਂ ਹੈ ਮੈਂ ਤਾਂ ਤੁਹਾਡੇ ਅੱਗੇ ਰੱਖਣ ਲੱਗਿਆ ਰਾਜਾ ਰਣਵੀਰ ਸਿੰਘ ਸੰਗਰੂਰ ਦੇ ਰਾਜਾ ਸੰਤ ਆਤਰ ਸਿੰਘ ਜੀ ਦੇ ਦਰਬਾਰ 'ਚ ਹਾਜ਼ਰ ਹੋਏ ਬਾਬਾ ਜੀ ਤੁਹਾਡੇ ਜਥੇ ਵੱਲੋਂ ਅਖੰਡ ਪਾਠ ਹੋਵੇ ਮਹਿਲ 'ਚ ਤੇ ਤੁਹਾਡਾ ਕੀਰਤਨ ਹੋਵੇ ਬੇਨਤੀ ਹੈ ਕਿ ਆਗਿਆ ਮਿਲੇਗੀ ਮਨਜ਼ੂਰ ਹੋ ਗਈ ਜੀ ਆ ਕੇ ਅਖੰਡ ਪਾਠ ਹੋਇਆ ਸੰਤ ਬਾਬਾ ਜੀ ਕੀਰਤਨ ਕਰ ਰਹੇ ਸਨ ਅਚਾਨਕ ਕੀਰਤਨ ਬੰਦ ਕੀਤਾ ਮੱਥਾ ਟੇਕਿਆ ਤੇ ਆਪਣੇ ਆਰਾਮ ਕਮਰੇ 'ਚ ਚਲੇ ਗਏ ਮਹਾਰਾਜ ਰਣਬੀਰ ਸਿੰਘ ਨੇ ਵੀ ਸੰਗਤ ਨੇ ਵੀ ਮਹਿਸੂਸ ਕੀਤਾ ਕਿ ਕੋਈ ਘਟਨਾ ਵਾਪਰ ਗਈ ਅਚਾਨਕ ਚਲੇ ਗਏ ਵਿਚਾਰ ਛੱਡ ਕੇ ਮਹਾਰਾਜਾ ਰਣਵੀਰ ਸਿੰਘ ਸੰਤਾਂ ਦੇ ਕਮਰੇ ਚ ਚਲੇ ਗਏ ਬਾਬਾ ਜੀ ਤੁਸੀਂ ਅਚਾਨਕ ਕੀਰਤਨ ਛੱਡ ਕੇ ਵਿਚਕਾਰ ਆ ਗਏ ਕੋਈ ਵਗਿਆ ਹੋਈ ਹਾਂ ਭਾਈ ਵਗਿਆ ਹੋਈ ਕੀ ਕਹਿੰਦੇ ਭਾਈ ਰਣਵੀਰ ਸਿੰਘ ਕੋਈ ਸ਼ਰਧਾਲੂ ਸਿੱਖ ਕੀਰਤਨ ਸੁਣਨ ਵਾਸਤੇ ਅੰਦਰ ਆਣਾ ਚਾਹ ਰਿਹਾ ਸੀ ਮੇਰੀ ਨਿਗਾ ਦਰਵਾਜ਼ੇ ਵੱਲ ਚਲੀ ਗਈ ਦਰਬਾਨ ਨੇ ਨਿਰਾਦਰ ਕਰਕੇ ਉਹਨੂੰ ਬਾਹਰ ਭੇਜ ਦਿੱਤਾ ਅੰਦਰ ਨਹੀਂ ਆਉਣ ਦਿੱਤਾ ਕਹਿੰਦੇ ਰਣਵੀਰ ਸਿੰਘ ਮਹਾਰਾਜ ਬੇਸ਼ੱਕ ਝੌਂਪੜੀ 'ਚ ਚਰਨ ਪਾਉਣ ਚਾਹੇ ਮਹਿਲ 'ਚ ਜਿੰਨਾ ਚਿਰ ਮਹਾਰਾਜ ਨੇ ਨਾ ਉੱਥੇ ਤਾਂ ਝੌਂਪੜੀ ਦੇ ਮਾਲਕ ਮਹਾਰਾਜ ਹੋਣਗੇ ਮਹਿਲ ਦੇ ਮਾਲਕ ਮਹਾਰਾਜ ਹੋਣਗੇ ਬਾਕੀ ਸਾਰੇ ਸੇਵਾਦਾਰ ਹੋਣਗੇ ਮਹਾਰਾਜ ਨੇ ਚਰਨ ਮਹਿਲ 'ਚ ਪਾ ਲਏ ਤੇ ਮਾਲਕ ਅਜੇ ਵੀ ਤੁਸੀਂ ਰਹੇ ਇੱਕ ਛਦਾ ਆਲੂ ਨੂੰ ਅੰਦਰ ਵੜਨ ਨਹੀਂ ਦਿੱਤਾ ਇਸ ਕਰਕੇ ਕੀਰਤਨ ਦੀ ਸਮਾਪਤੀ ਅਸੀਂ ਉੱਥੇ ਕਰ ਦਿੱਤੀ ਸਾਨੂੰ ਠੀਕ ਠੀਕ ਨਹੀਂ ਲੱਗੀ ਗੱਲ ਰਾਜਰਨ ਵੀਰ ਸਿੰਘ ਕਹਿੰਦੇ ਬਾਬਾ ਜੀ ਬੰਦਾ ਮੈਂ ਮਨ ਬੰਦੇ ਤੋਂ ਗਲਤੀ ਹੋ ਸਕਦੀ ਹੈ ਮੈਂ ਇਹ ਗਲਤੀ ਕਿਵੇਂ ਸਵਾਰਾਂ ਕਹਿੰਦੇ ਭਾਈ ਰਣਬੀਰ ਸਿੰਘ ਮੈਂ ਤਾਂ ਜਾਣਦਾ ਨਹੀਂ ਉਹ ਬੰਦਾ ਕੌਣ ਸੀ ਤੁਸੀਂ ਲੱਭੋ ਕਿ ਕੌਣ ਸੀ ਤੇ ਤੁਸੀਂ ਉਹਦੇ ਤੋਂ ਖਿਮਾ ਮੰਗੋ ਦਰਬਾਨ ਨਹੀਂ ਕਿਉਂਕਿ ਦਰਬਾਨ ਦਾ ਹੁਕਮ ਤੁਹਾਨੂੰ ਤੁਹਾਡਾ ਦਿੱਤਾ ਹੋਇਆ ਹੈ ਉਸ ਬੰਦੇ ਨੂੰ ਮਨਾਓ ਜੇ ਉਹ ਮੰਨ ਗਿਆ ਤੇ ਕੀਰਤਨ ਸੁਣਨ ਵਾਸਤੇ ਆ ਗਿਆ ਤਾਂ ਕੀਰਤਨ ਫੇਰ ਸ਼ੁਰੂ ਹੋਏ ਇਹ ਇਹਨਾ ਵਡੇਰਿਆਂ ਨੇ ਸਾਨੂੰ ਮਿੱਠੇ ਬੋਲ ਦਿੱਤੇ ਸਾਨੂੰ ਤਰਵਾਸ ਦਿੱਤਾ ਗਰੀਬਾਂ ਦੀ ਹੌਸਲਾ ਫਜ਼ਾਈ ਕੀਤੀ ਇਹੀ ਵਡਿੱਤਣ ਇਹਨਾਂ ਦੀ ਇਹੀ ਗੁਣ ਮਹਾਰਾਜ ਸਾਨੂੰ ਸਾਰਿਆਂ ਨੂੰ ਦੇਣ ਇੰਨੇ ਕਬool ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ